ਪੰਜਾਬੀ 뮤직 ਇੰਡਸਟਰੀ ਦਾ ਦੇਸੀ ਰੌਕ ਸਟਾਰ ਯਾਨੀ ਕਿ ਗਿੱਪੀ ਗਰੇਵਾਲ ਜਿਸ ਦੀ ਹਾਲ ਹੀ ਦੇ ਵਿੱਚ ਰਿਲੀਜ਼ ਹੋਈ ਪੰਜਾਬੀ ਮੂਵੀ ਮਰ ਗਏ ਹੋਏ ਲੋਕੋ ਲੋਕਾਂ ਨੇ ਕਾਫੀ ਜ਼ਿਆਦਾ ਪਸੰਦ ਕੀਤੀ ਹੈ ਅਤੇ ਗਿੱਪੀ ਗਰੇਵਾਲ ਦਾ ਰੀਸੈਂਟ ਟਰੈਕ ਸੂਰਜ ਜਿਸ ਦੇ ਵਿੱਚ ਨਜ਼ਰ ਆਇਆ ਸੀਗਾ ਸ਼ਿੰਦਾ ਗਰੇਵਾਲ ਵੀ ਉਹ ਵੀ ਲੋਕਾਂ ਨੂੰ ਕਾਫੀ ਜ਼ਿਆਦਾ ਆਪਣੇ ਵੱਲ ਖਿੱਚਣ ਦੇ ਵਿੱਚ ਸਕਸੈਸਫੁਲ ਰਿਹਾ ਸੀਗਾ ਤੇ ਹੁਣ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਗਿੱਪੀ ਗਰੇਵਾਲ ਨੇ ਆਪਣੀ ਇੱਕ ਫੋਟੋ ਦੁਬਾਰਾ ਤੋਂ ਅਪਲੋਡ ਕੀਤੀ ਹੈ ਸ਼ਿੰਦਾ ਗਰੇਵਾਲ ਦੇ ਨਾਲ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਜਿਸ ਦੀ ਕੈਪਸ਼ਨ ਹੈ #ਹੈਸ਼ਟੈਗ ਹੁਕਮ ਦਾ ਯੱਕਾ #17 ਅਕਤੂਬਰ #ਹੈਸ਼ਟੈਗ ਗਿੱਪੀ ਗਰੇਵਾਲ ਅਤੇ #ਹੈਸ਼ਟੈਗ ਸ਼ਿੰਦਾ ਗਰੇਵਾਲ ਔਰ ਦੋਨਾਂ ਨੇ ਸੇਮ ਡਰੈਸ ਪਾਈ ਹੋਈ ਹੈ ਫੋਟੋ ਦੇ ਵਿੱਚ ਸੋ ਇਸ ਫੋਟੋ ਤੋਂ ਇੰਨਾ ਕੁ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਸੂਰਜ ਗਾਣੇ ਤੋਂ ਬਾਅਦ ਹੁਕਮ ਦਾ ਯੱਕਾ ਦੇ ਵਿੱਚ ਦੋਨੋਂ ਸਾਨੂੰ ਇਕੱਠੇ ਵਿਖਾਈ ਦੇ ਸਕਦੇ ਨੇ ਫਿਲਹਾਲ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਇਹ ਦੱਸੋ ਕਿ ਤੁਹਾਨੂੰ ਹੁਕਮ ਦੇ ਯੱਕੇ ਦਾ ਕਿੰਨਾ ਕੁ ਇੰਤਜ਼ਾਰ ਹੈ।